Good morning students, welcome to science class. So today I am going to discuss about the new chapter 8th, how organisms reproduce. ਹਾਂਜੀ ਰਾਜੇ, ਅਸੀਂ ਮਤਲਬ ਕਿ ਦੇਖਾਂਗੇ ਕਿ ਔਰਗੈਨਿਜ਼ਮਸ ਜਿਹੜੇ ਹੈਗੇ ਨੇ ਕਿਸ ਤਰੀਕੇ ਨਾਲ ਰੀਪ੍ਰੋਡਿਊਸ ਹੁੰਦੇ ਹਨ। ਸੋ ਸਾਡੇ ਕੋਲ ਫਸਟ ਡੈਫੀਨੇਸ਼ਨ ਆਉਂਦੀ ਆ ਰੀਪ੍ਰੋਡਕਸ਼ਨ ਦੀ। ਰੀਪ੍ਰੋਡਕਸ਼ਨ ਕੀ ਹੋਏਗਾ? Reproduction is the process by which living organism produce new individuals of the same species. Means reproduction ਕੀ ਹੋਏਗਾ? ਉਹ ਵਾਲੀ process ਹੁੰਦੀ ਹੈ living organisms ਦੇ ਵਿੱਚ ਜਿਸ ਦੇ ਵਿੱਚ ਨਵੇਂ ਜਿਹੜੇ individuals ਨੇ same species ਦੇ produce ਹੁੰਦੇ ਨੇ। Reproduction is necessary for the survival of and increase in population of the species. If organisms do not reproduce, their population decreases and species will become extinct. ਹਾਂਜੀ ਬੱਚੇ, reproduction ਬਹੁਤ ਹੀ ਜ਼ਰੂਰੀ ਹੈਗੀ ਆ ਫੋਰ ਸਰਵਾਈਵਲ ਐਂਡ ਇਨਕਰੀਜ਼ ਦਾ ਪਾਪੂਲੇਸ਼ਨ ਆਫ ਸਪੀਸ਼ੀਜ਼ ਦੇ ਲਈ। ਮਤਲਬ ਪਾਪੂਲੇਸ਼ਨ ਨੂੰ ਇਨਕਰੀਜ਼ ਕਰਨ ਦੇ ਲਈ ਅਤੇ ਸਰਵਾਈਵਲ ਦੇ ਲਈ ਜਿਹੜੀ reproduction ਦੀ process ਹੈ ਬਹੁਤ ਹੀ ਜ਼ਰੂਰੀ ਹੈ। ਜੇਕਰ ਰੀਪ੍ਰੋਡਕਸ਼ਨ ਨਹੀਂ ਹੋਏਗੀ ਤਾਂ ਪਾਪੂਲੇਸ਼ਨ ਇਨਕਰੀਜ਼ ਨਹੀਂ ਹੋਏਗੀ ਅਤੇ ਬਾਅਦ ਵਿੱਚ ਕੀ ਹੋ ਜਾਏਗੀ, ਐਕਸਟਿੰਕਟ ਹੋਣ ਦਾ ਮਤਲਬ ਕਿ ਡਰ ਬਣਿਆ ਰਹੇਗਾ। ਦੈਨ ਸਾਡੇ ਕੋਲ ਕੀ ਹੈ, ਡੂ ਔਰਗਨਿਜ਼ਮਸ ਕ੍ਰੀਏਟ ਕਾਰਬਨ ਕਾਪੀਜ਼ ਆਫ ਦੈਮਸੈਲਵਸ? ਹਾਂਜੀ ਰਾਜੀ, ਕੀ ਔਰਗਨਿਜ਼ਮਸ ਆਪਣੇ ਵਰਗੀਆਂ ਕਾਰਬਨ ਕਾਪੀਜ਼ ਪ੍ਰੋਡਿਊਸ ਕਰਦੇ ਨੇ? ਉਹ ਅਸੀਂ ਦੇਖਾਂਗੇ। ਦਾ ਡੀ ਐੱਨ ਏ, ਦੈਟ ਇਜ਼ ਦਾ ਡੀ ਆਕਸੀ ਰਾਈਬੋ ਨਿਊਕਲਿਕ ਐਸਿਡ। ਡੀ ਐੱਨ ਏ ਦੀ ਫੁੱਲ ਫੋਰਮ ਹੈ ਡੀ ਆਕਸੀ ਰਾਈਬੋ ਨਿਊਕਲਿਕ ਐਸਿਡ। ਮੋਲੀਕਿਊਲਸ ਇਨ ਦਾ ਕ੍ਰੋਮੋਸੋਮਸ ਇਨ ਦਾ ਨਿਊਕਲੀਅਸ ਇਜ਼ ਰਿਸਪੋਂਸੀਬਲ ਫੋਰ ਦਾ ਟ੍ਰਾਂਸਫਰ ਆਫ ਦਾ ਕਰੈਕਟਰਸ ਫਰੋਮ ਦਾ ਪੇਰੈਂਟਸ ਟੂ ਦਾ ਆਫਸਪ੍ਰਿੰਗਸ। ਹਾਂਜੀ ਰਾਜੀ, ਡੀ ਐੱਨ ਏ ਜੋ ਕਿ ਮੋਲੀਕਿਊਲਸ ਹੁੰਦੇ ਨੇ ਕ੍ਰੋਮੋਸੋਮ ਦੇ ਵਿੱਚ ਪਏ ਹੁੰਦੇ ਨੇ, ਦੈਨ ਕ੍ਰੋਮੋਸੋਮਸ ਨਿਊਕਲੀਅਸ ਦੇ ਅੰਦਰ ਹੋਏਗਾ। ਇਹਦੇ ਵਿੱਚ ਕੀ ਹੁੰਦਾ ਵਾ, ਟ੍ਰਾਂਸਫਰ ਇਹ ਕੀ ਕਰਦੇ ਨੇ, ਰਿਸਪੋਂਸੀਬਲ ਹੁੰਦੇ ਨੇ ਕਾਹਦੇ ਲਈ, ਕਰੈਕਟਰਸ ਨੂੰ ਟ੍ਰਾਂਸਫਰ ਕਰਦੇ ਨੇ ਫਰੋਮ ਦਾ ਪੇਰੈਂਟਸ ਟੂ ਦਾ ਆਫਸਪ੍ਰਿੰਗ ਡੂਰਿੰਗ ਰੀਪ੍ਰੋਡਕਸ਼ਨ। ਦਾ ਰੀਪ੍ਰੋਡਕਟਿਵ ਸੈਲਸ ਪ੍ਰੋਡਿਊਸ ਨਿਊ ਕਾਪੀਜ਼ ਆਫ ਡੀ ਐੱਨ ਏ ਵਿਚ ਸੈਪਰੇਟ ਇਨ ਟੂ ਟੂ ਸੈਲਸ। ਦਾ ਡੀ ਐੱਨ ਏ ਕਾਪੀਜ਼ ਵਿਲ ਬੀ ਸਿਮੀਲਰ ਬਟ ਨੋਟ ਆਈਡੈਂਟੀਕਲ ਟੂ ਈਚ ਅਦਰ। ਹਾਂਜੀ ਬੱਚੇ, ਉਸ ਤੋਂ ਬਾਅਦ ਕੀ ਆ, ਜਦੋਂ ਰੀਪ੍ਰੋਡਕਸ਼ਨ ਹੁੰਦੀ ਆ ਤਾਂ ਇਹ ਜਿਹੜੇ ਸੈਲਸ ਨੇ ਪ੍ਰੋਡਿਊਸ ਹੁੰਦੇ ਨੇ, ਠੀਕ ਹੈ। ਦੈਨ ਰੀਪ੍ਰੋਡਕਟਿਵ ਸੈਲਸ ਜਿਹੜੇ ਪ੍ਰੋਡਿਊਸ ਹੁੰਦੇ ਨੇ, ਇਹਨਾਂ ਦੀਆਂ ਦੋ ਕਾਪੀਜ਼ ਜਿਹੜੀਆਂ ਹੈਗੀਆਂ ਡੀ ਐੱਨ ਏ ਦੀਆਂ ਸੈਪਰੇਟ ਹੋ ਜਾਂਦੀਆਂ ਨੇ ਜਦੋਂ ਸੈੱਲ ਡਿਵੀਜ਼ਨ ਹੁੰਦੀ ਆ। ਇਹ ਜਿਹੜੀਆਂ ਡੀ ਐੱਨ ਏ ਦੀਆਂ ਕਾਪੀਜ਼ ਨੇ ਇਹ ਸਿਮੀਲਰ ਤਾਂ ਹੁੰਦੀਆਂ ਨੇ ਬਟ ਅਸੀਂ ਇਹਨਾਂ ਨੂੰ ਆਈਡੈਂਟੀਕਲ ਨਹੀਂ ਕਹਿ ਸਕਦੇ। ਸੋ ਦਾ ਨਿਊ ਇੰਡੀਵਿਜੁਅਲਸ ਹੈਵ ਸਲਾਈਟ ਵੇਰੀਏਸ਼ਨਸ ਫਰੋਮ ਦੇਅਰ ਪੇਰੈਂਟਸ। ਤਾਂ ਕੀ ਹੁੰਦੀਆਂ ਨੇ, ਉਹਨਾਂ ਦੇ ਵਿੱਚ ਸਮ ਵੇਰੀਏਸ਼ਨਸ ਹੁੰਦੀਆਂ ਨੇ ਜਿਹੜੇ ਕਿ ਨਵੇਂ ਆਫਸਪ੍ਰਿੰਗਸ ਬਣਦੇ ਨੇ ਉਹ ਸੇਮ ਐਜ਼ ਇਟ ਆਪਣੇ ਪੇਰੈਂਟਸ ਵਰਗੇ ਨਹੀਂ ਹੁੰਦੇ। ਦਿਸ ਇਜ਼ ਦਾ ਬੇਸਿਸ ਫੋਰ ਵੇਰੀਏਸ਼ਨ ਐਂਡ ਐਵੋਲਿਊਸ਼ਨ ਆਫ ਨਿਊ ਸਪੀਸ਼ੀਜ਼। ਹਾਂਜੀ ਰਾਜੀ, ਰੀਪ੍ਰੋਡਕਸ਼ਨ ਤੋਂ ਪਹਿਲਾਂ ਜਿਹੜੇ ਗੈਮਿਟ ਫੋਰਮੇਸ਼ਨ ਹੁੰਦੀ ਆ ਉਹਨਾਂ ਦੇ ਵਿੱਚ ਜਿਹੜੇ ਮਤਲਬ ਕਿ ਸੈੱਲ ਪ੍ਰੋਡਿਊਸ ਹੁੰਦੇ ਨੇ, ਗੈਮੈਟਿਕ ਸੈੱਲ ਬੋਲਦੇ ਹਾਂ, ਉਹਨਾਂ ਦੇ ਵਿੱਚ ਜਦੋਂ ਫਰਦਰ ਮਿਓਸਿਸ ਹੋਣੀ ਆ ਤਾਂ ਜਿਹੜੇ ਸੈਪਰੇਸ਼ਨ ਆਫ ਡੀ ਐੱਨ ਏ ਹੋ ਜਾਂਦੀ ਆ, ਜਿਸ ਦੇ ਕਰਕੇ ਜਿਹੜੇ ਉਹਨਾਂ ਦੇ ਕਰੈਕਟਰਸ ਨੇ ਉਹ ਵੀ ਕੀ ਹੋ ਜਾਂਦੇ ਨੇ, ਸੈਪਰੇਟ ਹੋ ਜਾਂਦੇ ਨੇ, ਐਜ਼ ਇਟ ਆਪਣੇ ਪੇਰੈਂਟਸ ਵਰਗੇ ਨਹੀਂ ਰਹਿੰਦੇ, ਜਿਸ ਦੇ ਕਾਰਨ ਕੀ ਹੁੰਦੀਆਂ ਨੇ, ਵੇਰੀਏਸ਼ਨਸ ਆਉਂਦੀਆਂ ਨੇ। ਅਗਰ ਵੇਰੀਏਸ਼ਨਸ ਹੋਣਗੀਆਂ ਤਾਂ ਹੀ ਐਵੋਲੂਸ਼ਨ ਹੋਏਗੀ। ਕਲੀਅਰ ਸਟੂਡੈਂਟਸ? ਨੈਕਸਟ ਅਸੀਂ ਦੇਖਾਂਗੇ ਦ ਇੰਪੋਰਟੈਂਸ ਆਫ ਵੇਰੀਏਸ਼ਨ। ਵੇਰੀਏਸ਼ਨਸ ਜਾਂ ਕੀ ਇੰਪੋਰਟੈਂਸ ਆ, ਹੁਣੇ ਅਸੀਂ ਗੱਲ ਕਰਕੇ ਆਏ ਹਾਂ ਕਿ ਅਗਰ ਵੇਰੀਏਸ਼ਨਸ ਹੋਣਗੀਆਂ ਤਾਂ ਜਿਹੜੇ ਹੈਗੇ ਨੇ ਨਿਊ ਸਪੀਸ਼ੀਜ਼ ਅਰਾਈਜ਼ ਹੋਣ ਦੇ ਚਾਂਸਿਸ ਇਨਕਰੀਜ਼ ਹੋ ਜਾਂਦੇ ਨੇ ਅਤੇ ਜਿਹੜੇ ਹੈਗੇ ਨੇ ਐਵੋਲੂਸ਼ਨ ਹੋਏਗੀ।
ਧਿਆਨ ਦਿਓ, ਡੀਐਨਏ ਕਾਪੀ ਡੂਰਿੰਗ ਰੀਪ੍ਰੋਡਕਸ਼ਨ ਇਜ਼ ਇੰਪੋਰਟੈਂਟ ਫੋਰ ਮੇਨਟੇਨਿੰਗ ਦਾ ਬੋਡੀ ਡਿਜ਼ਾਈਨਸ ਔਨ ਡਿਫਰੈਂਟ ਔਰਗਨਿਜ਼ਮਸ ਟੂ ਸਰਵਾਈਵ ਇਨ ਦਾ ਐਕਸਿਸਟਿੰਗ ਇਨਵਾਇਰਮੈਂਟ। ਕੀ ਹੁੰਦਾ ਰਾਜੀ, ਜਿਹੜੀ ਡੀਐਨਏ ਕਾਪੀ ਬਣਦੀ ਆ ਜਦੋਂ ਰੀਪ੍ਰੋਡਕਸ਼ਨ ਹੁੰਦੀ ਆ, ਇਹ ਬਹੁਤ ਇੰਪੋਰਟੈਂਟ ਹੁੰਦੀ ਆ ਬੋਡੀ ਡਿਜ਼ਾਈਨਸ ਨੂੰ ਮੇਨਟੇਨ ਕਰਨ ਦੇ ਲਈ। ਆਫ ਡਿਫਰੈਂਟ ਔਰਗਨਿਜ਼ਮ ਟੂ ਸਰਵਾਈਵਿੰਗ ਦਾ ਐਗਜ਼ਿਸਟਿੰਗ ਇਨਵਾਇਰਮੈਂਟ, ਮਤਲਬ ਜਿਹੜੀ ਉਹਦੀ ਬੋਡੀ ਔਰਗਨਿਜ਼ਮ ਨੂੰ ਇਸ ਤਰੀਕੇ ਨਾਲ, ਮਤਲਬ ਕਿ ਉਹਦੇ ਵਿੱਚ ਸਮ ਚੇਂਜਸ ਆ ਜਾਂਦੇ ਨੇ ਵੇਰੀਏਸ਼ਨ ਦੇ ਕਰਕੇ, ਤਾਂ ਕਿ ਉਹ ਕਿਸੇ ਜਿਹੜਾ ਇਨਵਾਇਰਮੈਂਟ ਦੇ ਵਿੱਚ ਜਨਮ ਲਿਆ ਹੈ ਉਸ ਇਨਵਾਇਰਮੈਂਟ ਦੇ ਵਿੱਚ ਪ੍ਰੋਪਰ ਸਰਵਾਈਵ ਕਰ ਸਕੇ। ਬਟ ਦਾ ਇਨਵਾਇਰਮੈਂਟ ਇਜ਼ ਕੋਂਸਟੈਂਟਲੀ ਚੇਂਜਿੰਗ ਡਿਊ ਟੂ ਚੇਂਜਿੰਗ ਇਨ ਟੈਂਪਰੇਚਰ, ਕਲਾਈਮੈਟਿਕ ਕੰਡੀਸ਼ਨਸ ਹੋ ਗਿਆ, ਵਾਟਰ ਲੈਵਲਸ ਹੋ ਗਿਆ, ਐਟਸੈਕਟਰਾ। ਤਾਂ ਰਾਜੇ ਕੀ ਨੇ, ਤਾਂ ਜਿਹੜਾ ਮਤਲਬ ਕਿ ਇਨਵਾਇਰਮੈਂਟ ਲਗਾਤਾਰ ਚੇਂਜ ਹੁੰਦਾ ਰਹਿੰਦਾ ਵਾ, ਜਿਵੇਂ ਕਿ ਟੈਂਪਰੇਚਰ ਹੋ ਗਿਆ ਜਾਂ ਅਸੀਂ ਕਹਿੰਦੇ ਮੌਸਮ ਹੋ ਗਿਆ, ਵਾਟਰ ਲੈਵਲ ਹੋ ਗਿਆ, ਉਸੇ ਕਾਰਨ ਕੀ ਹੋਏਗਾ, ਇਫ ਦਾ ਔਰਗਨਿਜ਼ਮ ਕੈਨ ਨਾਟ ਐਡਜਸਟ ਦੈਮਸੈਲਵਸ ਟੂ ਦ ਚੇਂਜਸ ਇਨ ਦ ਇਨਵਾਇਰਮੈਂਟ, ਦੈਨ ਦੇਅਰ ਸਪੀਸ਼ੀਜ਼ ਵਿਲ ਬਿਕਮ ਐਕਸਟਿੰਕਟ। ਹਾਂਜੀ ਰਾਜੇ, ਇਸ ਬਦਲਦੇ ਹੋਏ ਮੌਸਮ ਅਤੇ ਟੈਂਪਰੇਚਰ ਅਤੇ ਵਾਟਰ ਲੈਵਲ ਦੇ ਨਾਲ ਜਿਹੜਾ ਕਿ ਅਗਰ ਕੋਈ ਔਰਗਨਿਜ਼ਮ ਆਪਣੇ ਆਪ ਨੂੰ ਐਡਜਸਟ ਨਹੀਂ ਕਰ ਪਾ ਰਿਹਾ ਉਸ ਜਗ੍ਹਾ ਦੇ ਉੱਪਰ, ਤਾਂ ਉਹ ਕੀ ਹੋ ਜਾਏਗਾ, ਬਾਅਦ ਵਿੱਚ ਐਕਸਟਿੰਕਟ ਹੋ ਜਾਵੇਗਾ। ਉਸ ਤੋਂ ਬਾਅਦ ਕੀ ਹੈ, ਇਫ ਦੇਅਰ ਆਰ ਵੇਰੀਏਸ਼ਨ ਇਨ ਸਮ ਇੰਡੀਵਿਜੁਅਲਸ ਆਫ ਆ ਸਪੀਸ਼ੀਜ਼, ਦੇ ਮੇ ਬੀ ਏਬਲ ਟੂ ਸਰਵਾਈਵ ਦਾ ਚੇਂਜਸ ਇਨ ਦਾ ਇਨਵਾਇਰਮੈਂਟ। ਹਾਂਜੀ ਬੱਚੇ, ਅਗਰ ਵੇਰੀਏਸ਼ਨਸ ਹੈਗੀਆਂ ਨੇ ਇਨ ਸਮ ਇੰਡੀਵਿਜੁਅਲਸ ਦੇ ਵਿੱਚ, ਕਿਸੇ ਸਪੀਸ਼ੀਜ਼ ਦੀ ਇੰਡੀਵਿਜੁਅਲ ਦੇ ਵਿੱਚ ਵੇਰੀਏਸ਼ਨਸ ਹੈਗੀਆਂ ਨੇ, ਤਾਂ ਉਹ ਪ੍ਰੋਪਰਲੀ ਜਿਹੜਾ ਹੈਗਾ ਕਿਸੇ ਪਰਟੀਕੁਲਰ ਇਨਵਾਇਰਮੈਂਟ ਦੇ ਵਿੱਚ ਸਰਵਾਈਵ ਕਰ ਸਕਦਾ ਵਾ। ਨੈਕਸਟ, ਸੋ ਵੇਰੀਏਸ਼ਨਸ ਇਨ ਸਪੀਸ਼ੀਜ਼ ਇਜ਼ ਨੈਸੈਸਰੀ ਫੋਰ ਦਾ ਸਰਵਾਈਵਲ ਆਫ ਡਿਫਰੈਂਟ ਸਪੀਸ਼ੀਜ਼ ਐਂਡ ਫੋਰ ਐਵੋਲੂਸ਼ਨ ਆਫ ਨਿਊ ਸਪੀਸ਼ੀਜ਼, ਮੀਨਸ ਇਟ ਇਜ਼ ਵੈਰੀ ਇੰਪੋਰਟੈਂਟ ਫੋਰ ਦਾ ਜਿਹੜਾ ਹੈਗਾ, ਡਿਫਰੈਂਟ ਸਪੀਸ਼ੀਜ਼ ਹੈਗੀਆਂ ਨੇ, ਵੇਰੀਏਸ਼ਨਸ ਹੋਣਗੀਆਂ ਤਾਂ ਹੀ ਜਿਹੜੀ ਹੈਗੀ ਆ ਐਵੋਲੂਸ਼ਨ ਹੋਏਗੀ, ਐਵੋਲੂਸ਼ਨ ਹੋਏਗੀ ਤਾਂ ਨਵੀਆਂ ਸਪੀਸ਼ੀਜ਼ ਜਿਹੜੀਆਂ ਹੈਗੀਆਂ ਪ੍ਰੋਡਿਊਸ ਹੋਣਗੀਆਂ। ਸੋ ਸਟੂਡੈਂਟਸ, ਅਸੀਂ ਕਹਿ ਸਕਦੇ ਹਾਂ ਕਿ ਅਗਰ ਇੱਕ ਕਾਇੰਡ ਦੇ ਜਿਹੜੇ ਸਾਰੇ ਔਰਗਨਿਜ਼ਮ ਹੋਣਗੇ, ਜਾਂ ਅਸੀਂ ਕਹਾਂਗੇ ਕਿ ਅਗਰ ਇਹਨਾਂ ਦੇ ਵਿੱਚ ਡਿਫਰੈਂਸ ਨਾ ਹੁੰਦਾ ਲਿਵਿੰਗ ਔਰਗਨਿਜ਼ਮਸ ਦੇ ਵਿੱਚ, ਤਾਂ ਸਾਰਿਆਂ ਦੇ ਲਈ ਫੂਡ ਜਿਹੜਾ ਸੀਗਾ ਕੋਮਨ ਚਾਹੀਦਾ ਸੀਗਾ, ਸ਼ੈਲਟਰ ਵੀ ਕੋਮਨ ਹੋ ਜਾਣੇ ਸੀਗੇ, ਤਾਂ ਜਿਸ ਦੇ ਕਰਕੇ ਕੀ ਹੋ ਜਾਣਾ ਸੀ, ਮਤਲਬ ਕਿ ਸਾਰੇ ਜਿਹੜੀਆਂ ਸਪੀਸ਼ੀਜ਼ ਸੀਗੀਆਂ ਉਹ ਇੱਕ ਜਗ੍ਹਾ ਦੇ ਉੱਪਰ ਗਰੋ ਨਹੀਂ ਕਰ ਪਾਉਣੀਆਂ ਸੀਗੀਆਂ। ਇਸ ਤਰੀਕੇ ਨਾਲ ਜਿਹੜੀ ਹੈਗੀ ਆ ਵੇਰੀਏਸ਼ਨ ਦੀ ਬਹੁਤ ਹੀ ਜ਼ਿਆਦਾ ਇੰਪੋਰਟੈਂਸ ਹੈਗੀ ਹੈ। ਦੈਨ ਅਸੀਂ ਦੇਖਾਂਗੇ ਅੱਗੇ ਸਾਡੇ ਕੋਲ ਕੀ ਹੈ, ਟਾਈਪਸ ਆਫ ਰੀਪ੍ਰੋਡਕਸ਼ਨ ਆ ਜਾਂਦਾ ਰਾਜੇ। ਟਾਈਪਸ ਆਫ ਰੀਪ੍ਰੋਡਕਸ਼ਨ ਦੇ ਵਿੱਚ ਕੀ ਹੁੰਦਾ ਵਾ, ਰੀਪ੍ਰੋਡਕਸ਼ਨ ਇਨ ਲਿਵਿੰਗ ਔਰਗਨਿਜ਼ਮ ਮੇਨਲੀ ਟੂ ਟਾਈਪਸ ਹੀ ਹੋਏਗੀ। ਫਸਟ ਇਜ਼ ਦਾ ਏਸੈਕਸ਼ੂਅਲ ਰੀਪ੍ਰੋਡਕਸ਼ਨ, ਸੈਕਿੰਡ ਵਨ ਇਜ਼ ਦਾ ਸੈਕਸ਼ੂਅਲ ਰੀਪ੍ਰੋਡਕਸ਼ਨ। ਏਸੈਕਸ਼ੂਅਲ ਰੀਪ੍ਰੋਡਕਸ਼ਨ ਕੀ ਹੋਏਗੀ, ਇਟ ਇਜ਼ ਰੀਪ੍ਰੋਡਕਸ਼ਨ ਇਨ ਵਿੱਚ ਨਿਊ ਇੰਡੀਵਿਜੁਅਲ ਆਰ ਪ੍ਰੋਡਿਊਸ ਫਰੋਮ ਅ ਸਿੰਗਲ ਪੇਰੈਂਟ, ਮੀਨਸ ਅਗਰ ਨਿਊ ਇੰਡੀਵਿਜੁਅਲ ਪ੍ਰੋਡਿਊਸ ਹੋ ਰਹੇ ਨੇ ਵਿਦ ਇਨ ਦਾ ਹੈਲਪ ਆਫ ਸਿੰਗਲ ਪੇਰੈਂਟ, ਅਗਰ ਇਹ ਮਤਲਬ ਕਿ ਉਸ ਰੀਪ੍ਰੋਡਕਸ਼ਨ ਨੂੰ ਅਸੀਂ ਕੀ ਕਹਾਂਗੇ, ਇਹ ਸੈਕਸ਼ੂਅਲ ਰੀਪ੍ਰੋਡਕਸ਼ਨ ਕਹਾਂਗੇ। ਬਟ ਇਨ ਦਾ ਕੇਸ ਆਫ ਸੈਕਸ਼ੂਅਲ ਰੀਪ੍ਰੋਡਕਸ਼ਨ, ਇਟ ਇਜ਼ ਰੀਪ੍ਰੋਡਕਸ਼ਨ ਇਨ ਵਿੱਚ ਟੂ ਇੰਡੀਵਿਜੁਅਲਸ ਆਰ ਇਨਵੋਲਵਡ ਟੂ ਪ੍ਰੋਡਿਊਸ ਨਿਊ ਇੰਡੀਵਿਜੁਅਲਸ। ਫੋਰ ਐਗਜ਼ਾਮਪਲ, ਮੇਲ ਪੇਰੈਂਟ ਹੋ ਸਕਦਾ ਅਤੇ ਦੂਸਰਾ ਕੀ ਹੋਏਗਾ, ਫੀਮੇਲ ਜਿਹੜਾ ਪੇਰੈਂਟ ਹੋਏਗਾ ਉਸਨੂੰ ਅਸੀਂ ਕੀ ਬੋਲਦੇ ਹਾਂ, ਸੈਕਸ਼ੂਅਲ ਰੀਪ੍ਰੋਡਕਸ਼ਨ ਬੋਲਦੇ ਹਾਂ। ਮਤਲਬ ਜਿਹੜੇ ਹੈਗੇ ਨੇ ਇਸ ਦੇ ਵਿੱਚ ਕੀ ਹੋਣਗੇ, ਦੋ ਇੰਡੀਵਿਜੁਅਲਸ ਜਿਹੜੇ ਹੈਗੇ ਨੇ, ਦੋ ਇੰਡੀਵਿਜੁਅਲ ਮਿਲ ਕੇ ਇੱਕ ਥਰਡ ਜਿਹੜਾ ਮਤਲਬ ਕਿ ਆਫ ਸਪਰਿੰਗ ਪ੍ਰੋਡਿਊਸ ਕਰਨਗੇ। ਕਲੀਅਰ? ਦੈਨ ਉਸ ਤੋਂ ਬਾਅਦ ਕੀ ਹੈ, ਇਹ ਸੈਕਸ਼ੂਅਲ ਰੀਪ੍ਰੋਡਕਸ਼ਨ ਦੀਆਂ ਡਿਫਰੈਂਟ ਟਾਈਪਸ ਨੇ, ਲਾਈਕ ਫਿਜ਼ਨ, ਬਰਡਿੰਗ, ਰੀਜਨਰੇਸ਼ਨ, ਫਰੈਗਮੈਂਟੇਸ਼ਨ, ਸਪੋਰ ਫਾਰਮੇਸ਼ਨ, ਵੈਜੀਟੇਟਿਵ ਪ੍ਰੋਪੀਗੇਸ਼ਨ ਐਟਸੈਕਟਰਾ। ਸੋ ਅਸੀਂ ਇਹਨਾਂ ਨੂੰ ਮਤਲਬ ਕਿ ਵਨ ਬਾਏ ਵਨ ਅੱਗੇ ਡਿਸਕਸ ਕਰਾਂਗੇ। ਹਾਂਜੀ ਰਾਜੇ, ਸਭ ਤੋਂ ਪਹਿਲਾਂ ਸਾਡੇ ਕੋਲ ਕੀ ਆ ਜਾਂਦਾ, ਫਿਜ਼ਨ ਆ ਜਾਂਦਾ। ਫਿਜ਼ਨ ਕੀ ਹੁੰਦਾ ਵਾ,
ਧਿਆਨ ਦਿਓ ਫਿਸ਼ਨ ਕੀ ਹੋਏਗਾ, ਇਟ ਇਜ਼ ਐਨ ਏਸੈਕਸ਼ੂਅਲ ਰਿਪ੍ਰੋਡਕਸ਼ਨ ਬਾਈ ਵਿੱਚ ਅ ਯੂਨੀਸੈਲੂਲਰ ਔਰਗਨਿਜ਼ਮ ਡਿਵਾਈਡਸ ਐਂਡ ਫੋਰਮਸ ਟੂ ਔਰ ਮੋਰ ਨਿਊ ਇੰਡੀਵਿਜੁਅਲਸ। ਫਿਸ਼ਨ ਇਜ਼ ਆਫ ਟੂ ਟਾਈਪਸ, ਦੇ ਆਰ ਬਾਇਨਰੀ ਫਿਸ਼ਨ ਐਂਡ ਮਲਟੀਪਲ ਫਿਸ਼ਨ। ਹਾਂਜੀ ਬੱਚੇ, ਫਿਸ਼ਨ ਕੀ ਹੁੰਦਾ, ਜਦੋਂ ਏਸੈਕਸ਼ੂਅਲ ਰਿਪ੍ਰੋਡਕਸ਼ਨ ਦੇ ਵਿੱਚ ਯੂਨੀਸੈਲੂਲਰ ਔਰਗਨਿਜ਼ਮ ਡਿਵਾਈਡ ਹੋ ਜਾਂਦਾ ਵਾ ਦੋ ਜਾਂ ਦੋ ਤੋਂ ਜ਼ਿਆਦਾ ਇੰਡੀਵਿਜੁਅਲ ਦੇ ਵਿੱਚ, ਕੋਈ ਵੀ ਜਿਹੜਾ ਇੱਕ ਪੇਰੈਂਟ ਹੁੰਦਾ ਵਾ ਉਹ ਕੀ ਉਹ ਸਿੰਗਲ ਪੇਰੈਂਟ ਡਿਵਾਈਡ ਹੋ ਜਾਂਦਾ ਇੱਕ ਜਾਂ ਇੱਕ ਤੋਂ ਵੱਧ ਜਿਹੜੇ ਇੰਡੀਵਿਜੁਅਲਸ ਦੇ ਵਿੱਚ, ਤਾਂ ਉਸ ਨੂੰ ਅਸੀਂ ਫਿਸ਼ਨ ਬੋਲਦੇ ਹਾਂ। ਤਾਂ ਇਹ ਦੋ ਤਰ੍ਹਾਂ ਦਾ ਹੋਏਗਾ, ਬਾਇਨਰੀ ਫਿਸ਼ਨ ਐਂਡ ਮਲਟੀਪਲ ਫਿਸ਼ਨ। ਬਾਇਨਰੀ ਫਿਸ਼ਨ ਦੀ ਗੱਲ ਕਰੀਏ ਤਾਂ ਕੀ ਹੋਏਗਾ, ਇਨ ਦਿਸ ਮੈਥਡ ਐਨ ਔਰਗਨਿਜ਼ਮ ਡਿਵਾਈਡਸ ਐਂਡ ਫੋਰਮਸ ਟੂ ਇੰਡੀਵਿਜੁਅਲਸ। ਮਤਲਬ ਬਾਇਨਰੀ ਮੀਨਸ ਦੋ, ਪੇਰੈਂਟ ਕੀ ਹੋ ਰਿਹਾ ਵਾ, ਡਿਵਾਈਡ ਹੋ ਰਿਹਾ ਵਾ, ਪੇਰੈਂਟ ਸੈੱਲ ਡਿਵਾਈਡ ਹੋ ਕੇ ਦੋ ਇੰਡੀਵਿਜੁਅਲਸ ਫੋਰਮ ਕਰ ਰਿਹਾ ਵਾ। ਫਸਟ ਦਾ ਨਿਊਕਲੀਅਸ ਡਿਵਾਈਡਸ ਐਂਡ ਫੋਰਮਸ ਟੂ ਨਿਊਕਲੀਆਈ, ਦੈਨ ਦਾ ਸਾਈਟੋਪਲਾਜ਼ਮ ਡਿਵਾਈਡਸ ਐਂਡ ਫੋਰਮਸ ਟੂ ਡੋਟਰ ਸੈੱਲਸ। ਹਾਂਜੀ ਬੱਚੇ, ਇਸ ਦੇ ਵਿੱਚ ਕੀ ਹੋਏਗਾ, ਸਭ ਤੋਂ ਪਹਿਲਾਂ ਧਿਆਨ ਦਿਓ, ਪਹਿਲੀ ਡਾਇਗ੍ਰਾਮ ਦੇ ਵਿੱਚ ਕੀ ਹੋਏਗਾ, ਸਿੰਗਲ ਪੇਰੈਂਟ ਹੈ, ਦੈਨ ਉਸ ਤੋਂ ਬਾਅਦ ਕੀ ਹੋਏਗਾ, ਨਿਊਕਲੀਅਸ ਡਿਵਾਈਡ ਹੋ ਰਹੇ ਨੇ ਉਹਦੇ, ਦੈਨ ਥਰਡ ਵਾਰ ਜਦੋਂ ਨਿਊਕਲੀਅਸ ਡਿਵਾਈਡ ਹੋਣ ਤੋਂ ਬਾਅਦ ਮਤਲਬ ਪੇਰੈਂਟ ਬੋਡੀ ਜਿਹੜੀ ਹੈਗੀ ਹੈ ਡਿਵਾਈਡ ਹੋਣੀ ਸਟਾਰਟ ਹੋਗੀ। ਇਸ ਤਰੀਕੇ ਨਾਲ ਜਿਹੜੇ ਹੈਗੇ ਨੇ ਨਿਊ ਯੰਗ ਵਾਂਸ ਅਲੱਗ ਅਲੱਗ ਸੇਮ ਪੇਰੈਂਟ ਵਰਗੇ ਪ੍ਰੋਡਿਊਸ ਹੋ ਜਾਣਗੇ, ਜਿਸ ਨੂੰ ਅਸੀਂ ਕੀ ਬੋਲਦੇ ਹਾਂ, ਜਿਹੜਾ ਹੈਗਾ ਵਾ ਬਾਇਨਰੀ ਫਿਸ਼ਨ। ਇਹ ਸਾਨੂੰ ਅਮੀਬਾ ਅਤੇ ਪੈਰਾਮੀਸ਼ੀਅਮ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਦੈਨ ਮਲਟੀਪਲ ਫਿਸ਼ਨ ਦੇ ਵਿੱਚ ਕੀ ਹੋਏਗਾ, ਇਨ ਦਿਸ ਮੈਥਡ ਐਨ ਵਨ ਔਰਗੈਨਿਜ਼ਮ ਡਿਵਾਈਡਸ ਇਨ ਟੂ ਮੈਨੀ ਡੋਟਰ ਸੈੱਲਸ, ਫੋਰ ਇਗਜ਼ਾਮਪਲ ਪਲਾਜ਼ਮੋਡੀਅਮ ਦੈਟ ਇਜ਼ ਦਾ ਮਲੇਰੀਅਲ ਪੈਰਾਸਾਈਟ। ਮੀਨਸ ਕੀ ਹੁੰਦਾ, ਇੱਕ ਔਰਗੈਨਿਜ਼ਮ ਜਿਹੜਾ ਹੈਗਾ ਵਾ ਮੈਨੀ ਡੋਟਰ ਸੈੱਲਸ ਦੇ ਵਿੱਚ ਡਿਵਾਈਡ ਹੋ ਜਾਂਦਾ। ਅਸੀਂ ਕੀ ਦੇਖ ਸਕਦੇ ਹਾਂ, ਪਲਾਜ਼ਮੋਡੀਅਮ ਇਸ ਦੀ ਐਗਜ਼ਾਮਪਲ ਹੈ। ਇਸ ਡਾਇਗ੍ਰਾਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੈਗਾ ਵਾ ਸੈੱਲ ਕੀ ਹੋ ਗਿਆ ਵਾ, ਨੰਬਰ ਆਫ ਸੈੱਲਸ ਦੇ ਵਿੱਚ ਫਰਦਰ ਨਿਊਕਲੀਅਸ ਜਿਹੜਾ ਹੈਗਾ ਡਿਵਾਈਡ ਹੋ ਗਿਆ ਵਾ, ਤਾਂ ਬਹੁਤ ਸਾਰੇ ਜਿਹੜੇ ਹੈਗੇ ਨੇ ਮਤਲਬ ਕਿ ਆਫਸਪ੍ਰਿੰਗਸ ਪ੍ਰੋਡਿਊਸ ਹੋ ਗਏ ਨੇ। ਇਸ ਤਰ੍ਹਾਂ ਦੀ ਜਿਹੜੀ ਫਿਜ਼ਨ ਹੋਏਗੀ, ਦੈਟ ਇਜ਼ ਨੋਨ ਐਜ ਦਾ ਮਲਟੀਪਲ ਫਿਜ਼ਨ। ਥੈਂਕ ਯੂ ਸਟੂਡੈਂਟਸ।